ਧੰਨ ਧੰਨ ਰਾਮਦਾਸ ਗੁਰ ਜਿਨ ਸਿਰਿਆ ਤਿਨੈ ਸਵਾਰਿਆ। ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਗੁਰਪੁਰਬ ਜਿੱਥੇ ਪੂਰੀ ਦੁਨੀਆ ਦੇ ਵਿੱਚ ਨਾਨਕ ਨਾਮ ਲੇਵਾ ਸੰਗਤ ਮਨਾਉਂਦੀ ਹੈ, ਉੱਥੇ ਇਸ ਦਾ ਜਾਹੋ ਜਲਾਲ, ਇਸ ਦੀ ਸ਼ਰਧਾ ਸ਼੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਕਿਤੇ ਅਥਾਹ ਵੱਧ ਜਾਂਦੀ ਹੈ। ਸ਼੍ਰੀ ਅੰਮ੍ਰਿਤਸਰ ਸਾਹਿਬ ਵਿਖੇ ਦੇਸ਼ਾਂ ਵਿਦੇਸ਼ਾਂ ਤੋਂ ਸੰਗਤ ਨਤਮਸਤਕ ਹੋਣ ਆਉਂਦੀ ਹੈ ਸ਼੍ਰੀ ਦਰਬਾਰ ਸਾਹਿਬ ਵਿਖੇ, ਅਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੀਆਂ ਖੁਸ਼ੀਆਂ ਪ੍ਰਾਪਤ ਕਰਦੀ ਹੈ। ਇਸੇ ਸੰਬੰਧ ਦੇ ਵਿੱਚ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਇੱਕ ਉਹ ਇਮਾਰਤ, ਹਰ ਇੱਕ ਉਹ ਥਾਂ ਜਿਹੜੀ ਗੁਰੂ ਸਾਹਿਬ ਨਾਲ ਸੰਬੰਧਿਤ ਹੈ, ਪੂਰੀ ਤਰ੍ਹਾਂ ਰੋਸ਼ਨਾਈ ਜਾਂਦੀ ਹੈ, ਪੂਰੀ ਤਰ੍ਹਾਂ ਸਜਾਈ ਜਾਂਦੀ ਹੈ। ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬੀਬੀ ਜਗੀਰ ਕੌਰ ਜੀ ਨੇ ਪ੍ਰਸ਼ਾਸਨ ਨਾਲ ਸੰਪਰਕ ਕਰਕੇ ਉਹਨਾਂ ਨੂੰ ਵੀ ਬੇਨਤੀ ਕੀਤੀ ਕਿ ਹਰ ਉਹ ਅੰਮ੍ਰਿਤਸਰ ਦੀ ਮੁੱਖ ਇਮਾਰਤ ਨੂੰ ਸਜਾਇਆ ਜਾਵੇ ਜੋ ਅੰਮ੍ਰਿਤਸਰ ਸ਼ਹਿਰ ਦੇ ਵਿੱਚ ਹੈ, ਤਾਂ ਜੋ ਗੁਰੂ ਰਾਮਦਾਸ ਪਾਤਸ਼ਾਹ ਜੀ ਦਾ ਇਹ ਘਰ ਹੈ ਅੰਮ੍ਰਿਤਸਰ, ਉਹਨਾਂ ਦੀ ਵਸਾਈ ਧਰਤੀ ਹੈ, ਅਤੇ ਉਹਨਾਂ ਦਾ ਗੁਰਪੁਰਬ ਦੇ ਉੱਤੇ ਹਰ ਇੱਕ ਉਹ ਇਮਾਰਤ ਰੋਸ਼ਨਾਈ ਜਾਵੇ। ਸੋ ਇਸ ਦੇ ਸੰਬੰਧ ਦੇ ਵਿੱਚ ਇਹ ਤੁਸੀਂ ਜਿਹੜਾ ਰਾਹ ਦੇਖ ਰਹੇ ਹੋ ਸ਼੍ਰੀ ਗੁਰੂ ਅਰਜਨ ਦੇਵ ਨਿਵਾਸ ਤੋਂ ਲੈ ਕੇ ਅਖੀਰ ਬਾਬਾ ਅਟਲ ਰਾਏ ਸਾਹਿਬ ਤੱਕ ਹਰ ਇੱਕ ਉਹ ਇਮਾਰਤ ਸਜਾਈ ਗਈ ਹੈ। ਸੋ ਇਹ ਤੁਸੀਂ ਸਰਾਵਾਂ ਦੇ ਦ੍ਰਿਸ਼ ਦੇਖ ਰਹੇ ਹੋ ਕਿ ਹਰ ਇੱਕ ਸਰਾਂ ਕਿਸ ਤਰੀਕੇ ਨਾਲ ਰੋਸ਼ਨਾ ਰਹੀ ਹੈ ਅਤੇ ਉਸਦੀ ਸਜਾਵਟ ਕੀਤੀ ਗਈ ਹੈ। ਉਸਦੇ ਨਾਲ ਹੀ ਮੰਜੀ ਸਾਹਿਬ ਦੀਵਾਨ ਹਾਲ ਜਿੱਥੇ ਕਿ ਰਾਗ ਦਰਬਾਰ ਇੱਕ ਦਿਨ ਪਹਿਲਾਂ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਗੁਰਪੁਰਬ ਤੋਂ ਹੁੰਦਾ, ਉਸਦੀ ਸਜਾਵਟ ਤੁਸੀਂ ਦੇਖ ਸਕਦੇ ਹੋ ਕਿ ਕਿਵੇਂ ਉਸਨੂੰ ਸਜਾਇਆ ਗਿਆ, ਫੁੱਲਾਂ ਦੇ ਨਾਲ ਕਿਵੇਂ ਰੋਸ਼ਨਾਇਆ ਗਿਆ। ਇਹ ਮਨਮੋਹਕ ਸਜਾਵਟ ਹੈ ਜਿਹੜੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਹਰ ਸਾਲ ਕੀਤੀ ਜਾਂਦੀ ਹੈ। ਨਾਨਕ ਨਾਮ ਨਿਰੰਜ ਨ ਜਾਨੋ ਕੀਨ ਭਗਤ ਪ੍ਰੇਮ ਲਿਵ ਲਾਈ, ਕੀਨ ਭਗਤ ਪ੍ਰੇਮ ਲਿਵ ਲਾਈ, ਕੀਨ ਭਗਤ ਪ੍ਰੇਮ ਲਿਵ ਲਾਈ, ਅਬ ਗੁਰੂ ਰਾਮਦਾਸ ਤੋਂ ਮਿਲੀ ਵਡਾਈ, ਅਬ ਗੁਰੂ ਰਾਮਦਾਸ ਮੇਰੀ ਵਡਾਈ। ਛੋਟੀ ਸਿਰਸ ਸਕਲ ਕਾਰਨ ਕੋ, ਛੋਟੀ ਸਿਰਸ ਸਕਲ ਕਾਰਨ ਕੋ, ਅਬ ਗੁਰੂ ਰਾਮਦਾਸ ਮੇਰੀ ਵਡਾਈ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਵਾਹਿਗੁਰੂ ਸ਼ਬਦ ਸੁਰਤ ਕੀ ਨੀਵ ਵਰਖਾਈ, ਤਤ ਅੰਗਦ ਅੰਗ ਸੰਗ ਪਿਓ ਸਾਰ, ਜਿਨ ਸ਼ਬਦ ਸੁਰਤ ਕੀ ਨੀ ਵਰਖਾਈ, ਜਿਨ ਸ਼ਬਦ ਸੁਰਤ ਕੀ ਨੀ ਵਰਖਾਈ, ਜਿਨ ਸ਼ਬਦ ਸੁਰਤ ਕੀ ਨੀ ਵਰਖਾਈ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ। ਛੋਟੀ ਸ੍ਰਿਸ਼ਟ ਸਕਲ ਕਾਰਨ ਕੋ, ਛੋਟੀ ਸ੍ਰਿਸ਼ਟ ਸਕਲ ਕਾਰਨ ਕੋ, ਅਬ ਗੁਰੂ ਰਾਮਦਾਸ ਕੋ ਮਿਲੀ ਵਡਾਈ, ਅਬ ਗੁਰੂ ਰਾਮਦਾਸ ਕੋ
ਵਡਾਈ कहीं ना जाए। गुर अमरदास की अकथ कथा है, गुर अमरदास की अकथ कथा है। एक जी कछ कहीं ना जाए, गुर अमरदास की अकथ कथा है। गुर अमरदास की अकथ कथा है, गुर अमरदास की अकथ कथा है। एक जी कछ कहीं ना जाए। अब गुरु रामदास को मिली वडाई, सोडी सृष्ट सकल तारन को। अब गुरु रामदास को मिली बड़ाई, सोडी सकल सृष्ट तारन को, सोडी सृष्ट सकल तारन को, सोडी सृष्ट सकल तारन को, सोडी सृष्ट सकल तारन को। अब गुरु रामदास, अब गुरु राम